ਜਿੰਨੇ ਦੀ ਮੁੱਕੇਗੀ ਉਹਨਾਂ ਡਬਲੀ ਡਬਲ ਦੀ ਵਾਪਸੀ ਹੋਵੇਗੀ, ਜਿੰਨੇ ਦੀ ਮੁੱਕੇਗੀ। ਫਰਜ਼ ਕਰੋ ਤਿੰਨ ਦੀ ਮੁੱਕਦੀ ਹੈ, ਛੇ ਦੀ ਵਾਪਸੀ, ਪੰਜ ਦੀ ਮੁੱਕਦੀ ਹੈ, ਦਸ ਦੀ ਵਾਪਸੀ, ਦੋ ਦੀ ਮੁੱਕਦੀ, ਚਾਰ ਦੀ ਵਾਪਸੀ। ਜਿਹੜਾ ਬੰਦਾ ਲੈ ਗਿਆ ਉਹਨਾਂ ਵਾਪਸੀ ਦੀ ਇਨਸ਼ਾਅੱਲਾ ਗੱਲ ਕਰਾਂਗੇ। ਵਾਪਸੀ ਨਾਲ ਜਾਵਾਂਗੇ, ਚਾਹੇ ਆਪਣਾ ਬਿਆਨ ਰੱਖ ਸਕਦਾ, 50,000 ਆਪਣਾ ਬਿਆਨ ਰੱਖ ਸਕਦਾ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮੁ ਅਲੈਕਮ। ਆਪ ਦੇਖ ਰਹੇ ਮੇਰਾ ਯੂਟਿਊਬ ਚੈਨਲ ਅਰਨ ਫਰਾਮ ਬੈਫਲੋਰ, ਮੈਂ ਆਪਕਾ ਮੇਜ਼ਬਾਨ ਅਬੂ ਕਾਸ਼ਾ। ਅੱਛਾ ਜੀ, ਅੱਜ ਭਰਾਵਾਂ ਵਾਸਤੇ ਦੋ ਝੋਟੀਆਂ ਵੀ ਜਿਹੜੇ ਲੈ ਕੇ ਹਾਜ਼ਰ ਹੋਏ ਹਾਂ, ਪਿਓਰ ਨੁਸਰਤ ਇਲਾਕੇ ਝੋਟੀਆਂ ਨੇ, ਅਤੇ ਇੱਕ ਝੋਟੀ ਗੱਬਨ ਨੇ ਜਿਹੜੀ ਬਿਲਕੁਲ ਤਿਆਰ ਪਹਿਲਾਂ ਨੇ, ਮਾਸ਼ਾਅੱਲਾ ਸ਼ਾਹਕਾਰੀ ਮੁਸ਼ਕਲ, ਬੜੀ ਖੂਬਸੂਰਤ ਹੈ। ਉਸ ਤੋਂ ਬਾਅਦ ਇੱਕ ਝੋਟੀ ਜਿਹੜੀ ਹੈਗੀ ਉਹ ਬਾਖੜੀ ਹੈ, ਮਤਲਬ ਕਿ ਗੱਬਣ ਵੀ ਹੋਈ ਹੈ 15 ਤੋਂ 20 ਦਿਨਾਂ ਦੀ, ਲੇਕਿਨ ਆਪਾਂ ਜਿਹਨੂੰ ਵੀ ਦੇਣੀ ਹੈ ਨਾ ਚੈੱਕ ਨਹੀਂ ਹੋਣੀ, ਆਪਾਂ ਨੂੰ ਫੰਡਰ ਕਰਕੇ ਦੇਣੀ। ਦੋ ਦੋ ਨੁਖਲੇ, ਦੋ ਟਾਈਮ 8 ਕਿਲੋ ਹੈ, ਦੋ ਟਾਈਮ ਚੋ ਕੇ, ਅਤੇ ਗੱਬਣ ਹੈ ਮਤਲਬ ਕਿ 15 ਤੋਂ 20 ਦਿਨਾਂ ਦੀ ਕਨਫਰਮ, ਜਿਹੜੇ ਨਾ 15 ਤੋਂ 17 ਦਿਨ ਹੋ ਗਏ, ਮਤਲਬ ਕਿ ਉਹਨੂੰ ਗੱਬਣ ਹੋਈ, ਨਵੀਂ ਹੋਈ ਨੂੰ। ਅਤੇ ਉਹ ਇੱਕ ਝੋਟੀ ਹੈ, ਇੱਕ ਝੋਟੀ ਹੈਗੀ ਜਿਹੜੀ ਹੈ ਇਹ ਸੁਮਨ ਵਾਲੀ ਤਿਆਰ ਹੈ, ਬਿਲਕੁਲ ਤਿਆਰ ਹੈ, ਮਤਲਬ ਕਿ ਦਿਨ ਕਰ ਲਈ 8 ਕਾਰ ਜਾਂ 10 ਕਾਰ ਜਾਂ ਗੱਬਣ ਹੈ। ਉਹਨਾਂ ਨੇ ਵੀਡੀਓ ਲੈ ਕੇ ਹਾਜ਼ਰ ਹੋਇਆ, ਤੁਹਾਨੂੰ ਜਾਨਵਰ ਵਿਖਾਉਣੇ ਆ ਇਨਸ਼ਾਅੱਲਾ ਤਸੱਲੀ ਨਾਲ, ਅਤੇ ਕੀਮਤਾਂ ਵੀ ਜਾਇਜ਼ ਮੁਨਾਸਬ ਨੇ। ਅਤੇ ਇੱਕ ਇੱਕ ਕਰਕੇ ਝੋਟੀ ਵਿਖਾਉਣੇ ਆ, ਅਤੇ ਫਿਰ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਇਨਸ਼ਾਅੱਲਾ ਕਰਨੇ। ਸਭ ਤੋਂ ਪਹਿਲਾਂ ਝੋਟੀ ਵਿਖਾਉਣੇ ਆ, ਮਾਸ਼ਾਅੱਲਾ ਪਿਓਰ ਰਾਵੀ ਦੇ ਇਲਾਕੇ ਦੀ, ਨੂਠਿਆ ਇਲਾਕੇ ਦੀ, ਬੜੀ ਖੂਬਸੂਰਤ ਹੈ। ਕਟੀਆਂ ਵਰਗਾ ਸਿਰ ਹੈ ਬਿਲਕੁਲ, ਅਤੇ ਨਿੱਕੀ ਨਿੱਕੀ ਸਿੰਗੀ, ਝੂੜ ਕੁੰਡੀ ਚੈੱਕ ਕਰੋ, ਕਿੰਗਰੀ ਵਾਲਾ ਸਿੰਗ ਹੈ। ਅਤੇ ਗਿੱਠਗੜ ਦੀ ਪਸ਼ਮ ਹੈ, ਸੋਹਣਾ ਕੱਦ ਕਾਠ ਹੈ, ਬਹੁਤਾ ਵੱਡਾ ਵੀ ਨਹੀਂ ਦਾ, ਛੋਟਾ ਵੀ ਨਹੀਂ ਦਾ, ਇੱਕੋ ਵੱਡੀ ਦੀ ਹੈ। ਅਤੇ ਦਿਨ ਕੱਢਦੀ 8 ਤੋਂ 10, ਅਤੇ ਨਾ ਕੋਈ ਧੁੰਨੀ ਨਾ ਕੋਈ ਕੋੜੀ, ਬਿਲਕੁਲ ਸੁਥਰੀ ਮਚੋਟੀ ਹੈ। ਥਣ ਬੜਾ ਸੋਹਣਾ ਹੈ, ਮਾਸ਼ਾਅੱਲਾ ਮੋਟਾ ਮੋਟਾ ਥਣ ਹੈ, ਅਤੇ ਚੰਗੀਆਂ ਵੰਡਾਂ 'ਚ। ਅਤੇ ਬਕਾਇਆ ਤੁਹਾਨੂੰ ਬਾਈ ਜਮਾਨ ਪਿੱਛੋਂ ਕਰਕੇ ਵਿਖਾ ਦਿੰਦਾ ਤਸੱਲੀ ਨਾਲ, ਪਿੱਛੋਂ ਹੋ ਗਏ ਥੋੜ੍ਹੇ ਵਿਖਾਵੇ ਸੋ ਕਰਦੇ ਜੀ। ਪਹਿਲਾਂ ਝੋਟੀ ਹੈ ਮਾਸ਼ਾਅੱਲਾ, ਦਿਨ ਕੱਢੀ ਹੈਗੀ ਕੋਈ 8 ਤੋਂ 10 ਕੱਚੀ। ਇੱਧਰ ਆ ਜਾ, ਇੱਧਰ ਆ ਜਾ, ਇਹ ਝੋਟੀ ਹੈ ਜੀ ਜੇ ਡਿਲੀਵਰੀ ਵਾਸਤੇ ਤਿਆਰ ਹੈ ਪਹਿਲਾਂ। ਉਸ ਤੋਂ ਬਾਅਦ ਜਿਹੜੀ ਆ ਤਾਂ ਝੋਟੀ ਹੈ ਪਹਿਲਾਂ, ਮਾਸ਼ਾਅੱਲਾ ਬੜੀ ਖੂਬਸੂਰਤ ਹੈ, ਚੰਗਾ ਕੱਦ ਹੈ ਝੋਟੀ ਨੂੰ, ਮਾਸ਼ਾਅੱਲਾ ਕੁਛ 5.5 ਫੁੱਟ ਕੱਦ ਹੈ, ਅਤੇ 10 ਫੁੱਟ ਝੋਟੀ ਲੰਮੀ ਹੈ। ਇਹ ਥੋੜ੍ਹੀ ਡਰਦੀ ਵੀ ਕੈਮਰੇ ਤੋਂ ਥੋੜ੍ਹਾ ਸਾਈਡ 'ਤੇ, ਮੈਂ ਮਾੜੀ ਪਿਛੇ ਰਹਿੰਦੀ। ਅਤੇ ਬੜੀ ਖੂਬਸੂਰਤ ਹੈ, ਗਿੱਠ ਗੱਡੀ ਪਸ਼ਮ ਹੈ, ਚੂਰ ਕੁੰਡਿਆ ਸਿਰੇ, ਅਤੇ ਇੱਕੋ ਅੱਡੀ ਨਹੀਂ, 3 ਅੱਡੀਆਂ, 3 ਅੱਡੀਆਂ, ਅਤੇ ਨਿੱਕੀ ਜੀ ਵੱਖਰੀ ਹੈ। ਡਰਦੀ ਹੈ ਕਿ ਮਰਦੀ ਹੈ ਪਤਾ ਨਹੀਂ, ਹੁਣ ਡਰਦੀ ਪਿੱਛੇ ਨਾ ਪਿੱਛੇ ਬੁਖਾਰ ਕਰ ਜਾ ਕੇ, ਵੈਸੇ ਬੁਖਾਰ ਧੁੰਨੀ ਕੋਲੀ ਤੋਂ ਬਗੈਰ ਹੈ, ਅਤੇ ਬੜੀ ਸੋਹਣੀ ਹੈ। ਇਹ ਗੱਬਨ ਹੈਗੀ ਹੈ ਤਕਰੀਬਨ ਕੋਈ 15 ਤੋਂ 17 ਦਿਨਾਂ ਦੀ, ਮਤਲਬ ਗੱਬਨ ਨਵੀਂ ਹੋਈ ਹੈ, 2 ਦਿਨ ਥੱਲੇ 8 ਕਿਲੋ, 2 ਟਾਈਮ ਚੋ ਕੇ, ਥਣ ਬੜਾ ਸੋਹਣਾ, ਮੋਟਾ ਮੋਟਾ ਥਾਣੇ, ਚੰਗੀਆਂ ਵੰਡਾਂ 'ਚ, ਅਤੇ ਗਿੱਠ ਗੱਡੀ ਪਸ਼ਮ ਹੈ। ਅਤੇ ਇਸ ਝੋਟੀ ਦੀ ਆਪਾਂ ਇੱਕ ਗੱਲ ਕਰਾਂਗੇ, ਜਿਹੜਾ ਬੰਦਾ ਆਪਣੇ ਕੋਲ ਲਹਿਗਾ, ਜਿੰਨੇ ਦੀ ਮੁੱਕੇਗੀ ਉਹਨਾਂ ਡਬਲੀ ਡਬਲ ਦੀ ਵਾਪਸੀ ਹੋਵੇਗੀ, ਜਿੰਨੇ ਦੀ ਮੁੱਕੇਗੀ। ਫਰਜ਼ ਕਰੋ 3 ਦੀ ਮੁੱਕਦੀ ਹੈ, 6 ਦੀ ਵਾਪਸੀ, 5 ਦੀ ਮੁੱਕਦੀ ਹੈ, 10 ਦੀ ਵਾਪਸੀ, 2 ਦੀ ਮੁੱਕਦੀ, 4 ਦੀ ਵਾਪਸੀ। ਜਿਹੜਾ ਬੰਦਾ ਲੈ ਗਿਆ ਉਹਨਾਂ ਵਾਪਸੀ ਦੀ ਇਨਸ਼ਾਅੱਲਾ ਗੱਲ ਕਰਾਂਗੇ, ਵਾਪਸੀ ਨਾਲ ਜਾਵਾਂਗੇ, ਚਾਹੇ ਆਪਣਾ ਬਿਆਨ ਰੱਖ ਸਕਦਾ, 50,000 ਆਪਣਾ ਬਿਆਨ ਰੱਖ ਸਕਦਾ। ਆਹ ਝੋਟੀ ਜਿਹੜੀ, ਉਹ ਝੋਟੀ ਜਿਹੜੀ ਹੈਗੀ, ਉਹ ਜਿਹੜੀ ਇਹਨਾਂ ਕੀਮਤਾਂ ਜਿਹੜੀਆਂ ਹੈਗੀਆਂ ਤੁਹਾਨੂੰ ਦੱਸ ਦਿੰਦਾ, ਦੋਵਾਂ ਦੀ ਜਿਵੇਂ ਜਿਹੜੀ ਕੀ ਡਿਮਾਂਡ ਹੈਗੀ ਨਾ, 7 ਲੱਖ ਰੁਪਇਆ ਦੋਵਾਂ ਝੋਟੀਆਂ ਦਾ, ਆਹ ਝੋਟੀ ਦਾ ਅਤੇ ਉਹ ਝੋਟੀ ਦਾ, ਦੋਵੇਂ ਝੋਟੀਆਂ ਪਹਿਲਾਂ ਉਹਨਾਂ ਨੇ ਮਾਸ਼ਾਅੱਲਾ ਦੋਵਾਂ ਦਾ 7 ਲੱਖ ਰੁਪਇਆ ਡਿਮਾਂਡ ਹੈ। ਅਗਰ ਕੋਈ ਵੀ ਬੰਦਾ ਲੈਣਾ ਚਾਹੁੰਦਾ ਹੋਵੇ ਰਾਬਤਾ ਕਰ ਸਕਦਾ, ਫੋਨ ਨੰਬਰ ਆਪਣਾ 0309-65-6-26। ਅਤੇ ਤਸੱਲੀ ਨਾਲ ਇੱਕ ਵਾਰੀ ਹੋਰ ਵਿਖਾ ਦੇ, ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਫਿਰ ਦੱਸਦਾ, ਜਿਹੜੀ ਬਾਖੜੀ ਝੋਟੀ ਹੈ ਇਹ 17 ਤੋਂ 18 ਦਿਨਾਂ ਦੀ ਗੱਬਣ ਹੈ, ਅਤੇ ਇਹਦੀ ਵਾਪਸੀ ਵੀ ਹੈਗੀ ਡਬਲਾਂ ਦੀ ਵਾਪਸੀ, ਜਿੰਨੇ ਦੀ ਮੁੱਕ ਜਾਂਦੀ ਹੈ ਜੋੜੇ ਦਾ ਮੁੱਲ ਜਿਹੜਾ ਹੈਗਾ 7 ਲੱਖ ਰੁਪਇਆ, ਵੈਸੇ ਉਹ ਜਿੰਨੇ ਦੀ ਮਤਲਬ ਕਿ ਇਕੱਲੀ ਮੁੱਕ ਜਾਵੇ ਉਹਦੀ ਡਬਲ ਦੀ ਵਾਪਸੀ ਹੋਵੇਗੀ ਇਸ ਝੋਟੀ ਦੀ। 3 ਦੀ ਲਓਗੇ ਅਤੇ 6 ਦੀ ਵਾਪਸੀ ਇਨਸ਼ਾਅੱਲਾ ਹੋਵੇਗੀ, ਚਾਹੇ ਆਪਣਾ 50,000, 40,000, 50,000 ਬਿਆਨਾ ਰੱਖ ਸਕਦਾ। ਥਾਂ 'ਚ ਛੱਟਾ ਫੁਆਰਾ ਕਿਸੇ ਕਿਸਮ ਦਾ ਮਸਲਾ ਹੋਵੇ, ਵਾਪਸੀ ਆਉਣ ਜਾਣ ਦਾ ਕਿਰਾਇਆ ਆਪਣਾ, ਇਨਸ਼ਾਅੱਲਾ ਮਿਲਦੇ ਅਗਲੇ ਵੀਡੀਓ 'ਚ। ਆਪਣਾ ਖਿਆਲ ਰੱਖੇਗਾ, ਅੱਲਾ ਹਾਫਿਜ਼।